ਜਦੋਂ ਪਾਕਿਸਤਾਨ ਬਣਿਆ। ਠੀਕ ਹੈ ਜੀ, ਫਿਰ ਤਾਂ ਸਾਰੀ ਸਿਆਣ ਆ ਤੁਹਾਨੂੰ, ਸ਼ੁਕਰ। ਸਿੱਖ ਵੀ ਯਾਦ ਨੇ ਜਿਹੜੇ ਆਂਢ ਗੁਆਂਢ ਰਹਿੰਦੇ ਸੀ। ਲਾ ਜੀ ਆ ਕਾਲਾ ਸਿੰਘ ਮਾਲਿਕਿਆਲਾ, ਹਾਂਜੀ, ਚਾਰ ਕੰਡੇਰਾ ਲਾਉਂਦਾ ਹੁੰਦਾ ਸੀ ਜੀ, ਕਚਹਿਰੀ ਲਾਉਣੀ। ਠੀਕ ਹੈ ਜੀ, ਤੇ ਬੜਾ ਪੁੱਜਦਾ ਬੰਦਾ। ਠੀਕ ਹੈ, ਮੇਰੇ ਬਾਪ ਦਾ ਬੇਲੀ ਚੇਤ ਸਿੰਘ ਵਾਲੇ ਦਾ ਕਰਤਾਰ ਸਿੰਘ ਨਾਂ, ਕਰਤਾਰ ਸਿੰਘ। ਠੀਕ ਹੈ ਜੀ, ਤੇ ਉਰੋਂ ਬਾਬੇ ਵਾਲੇ ਸੁੰਦਰ ਸਿੰਘ ਆ। ਠੀਕ ਹੈ ਜੀ, ਤੇ ਇਹਨਾਂ ਦੇ ਨਾਲ ਸਾਡੇ ਬਾਪ ਦਾ ਬਹੁਤ ਮੁਹੱਬਤ ਆ ਜੀ। ਅੱਛਾ, ਮੱਝੀ ਲੈ ਗਿਆ ਤੇਰਾ ਤਾਇਆ ਮਾਵਾਂ ਦੇ ਯਾਦ। ਹਾਂਜੀ, ਤੇ ਉਹਨਾਂ ਗੋਹਾ ਸੋਇਆ ਮਾਰਦੀਆਂ ਨੇ ਉਹਨਾਂ ਨੂੰ ਖਤਰਾ ਲੀਆਂ। ਹਾਂਜੀ, ਸਿੱਖਣੀਆਂ ਜੀ, ਤੇ ਇਹ ਬਾਈ ਯਾਦ ਮੱਝੀ ਉੱਥੇ ਰੱਖਣੀਆਂ ਤੇ ਉੱਥੇ ਰਹਿਣਾ, ਰੋਟੀ ਰੋਟੀ ਉੱਥੇ ਖਾਣੀ। ਠੀਕ ਹੈ ਜੀ, ਤੇ ਇਹ ਆਇਆ ਤੇ ਉਹ ਜਿਹੜੀ ਕਰਤਾਰ ਸਿੰਘ ਦੇ ਘਰ ਦੀ ਆਈ, ਲੜ ਪਈ ਵੀ ਤੂੰ ਸਾਡਾ ਚੌਕਾ ਫਿਰ ਛੱਡਿਆ। ਅੱਛਾ ਜੀ, ਤੇ ਉੱਤੋਂ ਉਹ ਕਰਤਾਰ ਸਿੰਘ ਆ ਗਿਆ ਜੀ, ਉਹ ਦੱਬ ਕੁੱਟੀ ਉਹਦਾ ਚੌਕੇ ਨੂੰ ਲੰਡ ਮਰ ਗਿਆ, ਮੁੰਡਾ ਆ ਗਿਆ ਤਾਂ। ਠੀਕ ਹੈ, ਬੜਾ ਬੰਦਾ ਕਰਤਾਰ ਸਿੰਘ। ਸਹੀ, ਤੇ ਬੜੀਆਂ ਉਹਨਾਂ ਨਾਲ ਮਮਤਾ, ਵੇਖੇ ਚੇਖੇ ਵਰਤੇ ਵਾਲੇ। ਠੀਕ ਹੈ, ਸਿੱਖਾਂ ਦੇ ਆਉਂਦਿਆਂ ਇੱਕ ਵਾਰੀ ਸਾਡਾ ਪਿਓ ਆ ਰਾਈਆਂ ਲੈਂਦਾ ਜੀ, ਤੇ ਦਿਆ ਇੱਕ ਸਿੱਖ ਸ਼ਰਾਬਿਆ ਆ ਗਿਆ ਸੀ, ਉਹ ਪੜਦਾ ਪਿਆ ਮੈਂ ਤੇ ਆਹ ਮਨ ਵਿੱਚ ਵੱਡਾ ਜਿਹੜਾ। ਹਾਂਜੀ, ਰਾਈ ਜੀ ਪੱਟ ਕੇ ਫੋਤੀ ਲੱਜ ਕੇ ਲਾਇਆ ਹੋਈ, ਉਹ ਸਾਡੇ ਬਗੈਰ ਦਿਆ ਲਾ ਗੋਲੀ। ਅੱਛਾ ਜੀ, ਪਹਿਲੇ ਬੱਚੇ ਸਾਰਾ ਪਤਾ ਸਿੱਖਾਂ ਦਾ। ਠੀਕ ਹੈ, ਉਹਨਾਂ ਦਾ ਮੁਸਲਮਾਨਾਂ ਨਾਲ ਲੈਣ ਦੇਣ ਚੰਗਾ ਸੀ, ਬੜਾ ਲੈਣ ਦੇ ਦਿਨ ਦੱਸਿਆ ਵੀ ਸਾਡੇ ਬਾਪ ਦਾ ਉਹ ਕਰਤਾਰ ਸਿੰਘ ਨਾਲ ਆ, ਤੇ ਜਿਹੜਾ ਚਾਚਾ ਮਾਝਾ ਇਹਦਾ ਕਾਲਾ ਸਿੰਘ ਨਾਲ ਆ। ਠੀਕ, ਬਾਲੀਕਿਆਲੇ ਨਾਲ। ਬਾਲੀਕਿਆਲੇ ਨਾਲ, ਠੀਕ ਹੈ। ਕੱਚੀ ਆ ਬੈਠਕ ਚੋ ਛਤੀਰਾਂ ਤੇ ਹੁੰਦੀ ਆ, ਛਤੀਰ ਵੀ ਕਿੱਕਰ ਵੱਢ ਕੇ ਕਰਦੇ ਆ। ਠੀਕ ਹੈ, ਹੁਣ ਆ 30,000 ਬਾਲੇ ਨੂੰ ਮੈਨੂੰ ਉਹ ਰੁੱਤ ਲੱਭਦੀ ਨਹੀਂ। ਠੀਕ ਹੈ, ਸਹੀ। ਫਿਰ ਜਦੋਂ ਉਜੜੇ ਉਦੋਂ ਦੀ ਵੀ ਸੰਭਾਲ ਆ ਤੁਹਾਨੂੰ? ਬੜਾ ਸੰਭਾਲ ਆ, ਕੱਪ ਹਰ ਚੀਜ਼ ਆਖਰ ਹੈ, ਅੱਗ ਲੱਗੀ ਖੜੀ ਹੈ ਡਾਬਾ ਲਿਆ ਮੱਝਵੀਆਂ, ਅੱਗ ਲਾਈ ਹੋਈ ਹੈ। ਠੀਕ ਹੈ, ਤੇ ਅੱਗ ਡਾਬਾ ਲੱਗੀ ਖੜੀ ਹੈ ਫਲਾਣ, ਜਿਵੇਂ ਅਖਵਾ ਕਿਸੇ ਦੇ ਨਿਕਲੇ ਉਹ ਨਿਕਲੇ ਆ, ਸਿੱਖ ਚ ਕਾਲਾ ਸਿੰਘ ਹਰੀ ਰੋਲਦੇ ਗੋੜੀਆਂ ਤੇ ਨਿਕਲੇ ਨੇ ਜੀ। ਅੱਛਾ ਜੀ, ਅਗਾਂ ਜਾਂ ਕੱਪਾਂ ਨੂੰ ਲੜੇ ਨੇ, ਫਿਰ ਉੱਥੇ ਸੱਚੇ ਸੌਦੇ, ਸੱਚੇ ਸੌਦੇ। ਠੀਕ ਹੈ ਜੀ, ਤੇ ਰੋਂਦੇ ਸਿੱਖ ਗਿਆ, ਸਾਰਾ ਪਤਾ ਹੈ। ਠੀਕ, ਕੋਈ ਬੋਲੇ ਉਹਨਾਂ ਨਾਲ ਤੇ ਇੱਥੇ ਜ਼ਿਆਦਤੀ ਨਹੀਂ ਨਾ ਕੀਤੀ ਮੁਸਲਮਾਨਾਂ, ਨਾ ਆਰਾਮ ਨਾਲ ਹੀ ਤੁਰੇ, ਆਰਾਮ ਨਾਲ ਤੁਰੇ ਨੇ ਸਾਡੇ ਨਾਲ। ਉੱਥੋਂ ਚਾਚਾ ਮਾਝੇ ਲਈ ਜੋ ਸਮਾਨ ਆ, ਇਹ ਗੱਡੇ ਜਿਹੜੀ ਆਈ ਆ ਖੋਤੀਆਂ ਜੀ ਨਾਲ ਪੱਠਲ ਲੱਗਦੇ ਆ। ਹਾਂਜੀ, ਇਹ ਕਾਲਾ ਸਿੰਘ ਨਾਲ ਮੇਰੇ ਬਾਪ ਦੀ ਸਾਜੀ ਆਈ, ਉਸ ਮੁੜੋ ਗੱਡੇ ਜਾਂਦੇ ਆ ਸਾਈ ਮੁਸੱਲੀ ਮਿੱਟੀ ਚ, ਉਹ ਇੱਥੇ ਸਾਡੇ ਕੋਲ ਛੱਡ ਗਿਆ। ਠੀਕ ਹੈ ਜੀ, ਸਾਡਾ ਸਾਨੂੰ ਉਹ ਦੇ ਗਿਆ। ਠੀਕ ਹੈ ਜੀ, ਤੇ ਇੱਥੇ ਗੱਡੇ ਲਦੀ ਲਦੀ ਕੇ ਸੰਦੂਕਾਂ ਦੇ ਤਾਂ ਵੜੇ ਲਿਆਂਦੇ ਆਏ। ਠੀਕ, ਕਾਲਾ ਸਿੰਘ ਨੇ ਵੀ ਜਾਓ ਮਾਝੇ ਨੇ ਕਰਿਆ। ਠੀਕ ਹੈ ਜੀ, ਅਮਨ ਮਾਝੇ ਜੇ ਲਿਆ ਦੁਨੀਆਂ ਆਈ, ਉਸ ਰਨ ਵਰਤਾਇਆ ਸਾ ਪਠਾਨ ਵਾਲੇ ਦੇ ਬਾਲੇ ਲੈ ਗਿਆ। ਠੀਕ ਹੈ ਜੀ, ਗੱਡੇ ਸੱਡੇ ਜੁੱਤੇ ਤੇ ਗੱਡਿਆਂ ਭਰੇ ਕੇ ਸਮਾਨ ਦੇ ਆਏ ਨੇ। ਠੀਕ ਹੈ, ਤੇ ਬਿਲਕੁਲ ਉੱਚਾ ਸਾਹ ਵੀ ਉਹਨਾਂ ਨੇ ਲਿਆ ਸਾਡੇ ਨਾਲ। ਠੀਕ ਹੈ, ਮੁੜ ਕੇ ਨਹੀਂ ਰਾਬਤਾ ਹੋਇਆ ਉਹਨਾਂ ਨੇ ਤੁਹਾਡੇ ਨਾਲ ਕੀਤਾ? ਕਾਲਾ ਸਿੰਘ ਦਾ ਹੋਇਆ, ਉਹ ਕਰਤਾਰ ਸਿੰਘ ਦੇ ਪੁੱਤਰਾਂ ਦੇ ਇੱਥੇ ਨਨਕਾਣੇ। ਅੱਛਾ ਜੀ, ਮੁੜ ਉਹ ਤੋਂ ਪਿੱਛੇ ਨਹੀਂ। ਉੱਥੇ ਭਲਾ ਕਿਹੜੀ ਜਗ੍ਹਾ ਰਹਿੰਦੇ, ਕੋਈ ਪਤਾ ਕਿ ਨਹੀਂ? ਕੋਈ ਪਤਾ ਨਹੀਂ। ਅੱਛਾ ਜੀ, ਅਗਾ ਇਹ ਤਾਂ ਅਮਲ ਗੱਲ ਖੁੱਲ੍ਹੇ ਨੇ ਮਿਲ, ਸਲਾਮ ਵਾਲੇਕੁਮ, ਵਾਲੇਕੁਮ ਸਲਾਮ ਅਤੇ ਸਾਹਿਬ ਸਲਾਮ। ਆਓ ਜੀ ਚਾਚਾ ਦੇ ਪੁੱਤਰਾ, ਆਓ ਜੀ ਚਾਚਾ ਦੇ ਪੁੱਤਰਾ, ਮਿਲੇਗੇ। ਠੀਕ ਹੈ, ਮੁੜੋ ਤੋਂ ਬਾਅਦ ਆਵਾਂਗੇ, ਆਏ ਨਹੀਂ ਬਿਮਾਰ ਹੋ ਗਿਆ। ਠੀਕ ਹੈ, ਕੋਈ ਆਪਣਾ ਨਹੀਂ, ਨਾਲੇ ਵੀਜ਼ਿਆਂ ਦੀ ਵੀ ਤੰਗੀ ਹੋ ਗਈ ਜੀ, ਵੀਜ਼ੇ ਵੀ ਨਹੀਂ ਮਿਲਦੇ। ਤੇ ਸਿੱਖ ਜਿਹੜੇ ਆ ਬੜੇ ਇੱਥੇ ਆ ਠੋਬਾ ਨਾ ਬੱਖੂ ਦਾ ਦੁਆਰਿਆ ਤੇ ਬੋਇਆ ਹੋਣੀ ਜੀ। ਹਾਂਜੀ, ਇਹ ਸਾਡੀ 12 ਵਜੇ ਦੇ ਰਿਹਾ ਸਰ ਭਾਈ ਯਾਦ ਉੱਥੇ ਆ ਇਸ ਗੋੜੀ ਬਜਾ ਲਈ ਜੀ, ਭਾਈ ਯਾਦ ਵੇਖਿਆ ਤੇ ਗੋੜੀ ਬਜਾਈ ਜੀ, ਉਹ ਸਾਰ ਕੇ ਇੱਥੇ ਦੱਸਿਆ। ਬਾਹਰ ਉਹਲੇ ਮੰਨਾ ਹੁੰਦਾ, ਟਾਲੀ ਟੁਲੀ ਉੱਤੇ ਸੱਟ ਕੇ ਥੰਮੇ ਨੇੜ ਕੇ ਤੇ ਹੇਠ ਬੈਠੇ ਆ ਬੇਰੀ ਆ ਬਾਰ ਬਾਰ
ਜਿਹੜੇ ਭਾਈ ਯਾਦ ਮੈਨੂੰ ਹਰ ਦੱਸਿਆ ਵੀ ਇਹਨੇ ਗੋੜੀ ਬਜਾ ਲਈ ਹੈ, ਸਿਆਣ ਲਿਆ ਉੱਥੋਂ ਬਹਿ ਜੀ ਆਏ ਦੁਪਹਿਰੇ ਪੈ ਤੇ ਇਹਨਾਂ ਇੱਥੋਂ ਦੋ ਟੱਕੇ ਛੱਡ ਲਏ ਜੀ। ਮੈਂ ਰਜਾ ਬੰਦੇ ਬਾਖਾ ਸਿੰਘ ਸਿੰਘ ਸਿੱਖ ਆ ਯਾਤਰੀ ਦਾ ਜੀ, ਉਹ ਸ਼ਾਮ ਵੇਲੇ ਅੱਬੇ ਨੇ ਗੁੱਸਲੀ ਗੱਲ ਦਿੱਤਾ ਵੀ ਮੇਰੇ ਕੋਲ ਗੋੜੀ ਬੰਦੀ ਖੜੀ ਆ ਲੈ ਜਾ। ਠੀਕ ਹੈ। ਉਹਦਾ ਕਿਹਾ ਨਹੀਂ ਗੋੜੀ ਹੁਣ ਬੰਦੀ ਰਾਮ ਦੇ ਆਪ ਲਿਆ ਕੇ ਦੇਣ ਦੇ। ਠੀਕ ਹੈ। ਆ ਮੁੜ ਦੇਣ ਦੇ ਕੰਨੀ ਤੋਂ ਪਹਿਲੇ ਗੋੜੀ ਆ ਗਏ ਪੁਰਾਣੀ ਯਾਤਰੀਓ, ਪੁਰਾਣੀ ਯਾਤਰੀਓ ਤੇ ਦੇਣ ਦੇ ਦਸ ਵਜੇ ਡੱਗੇ ਨਾਰੇ ਆ ਗਏ। ਠੀਕ ਹੈ। ਵਾਹ ਜੀ ਵਾਹ। ਚਾਚਾ ਜੀ ਆਪਣੇ ਪਿੰਡ ਦਾ ਨਾਮ ਵੀ ਯਾਤਰੀ, ਉਹਦਾ ਵੀ ਯਾਤਰੀ ਹੈ, 537 ਹੈ ਯਾਤਰੀ ਜਿਹੜੀ ਹੈ। 509 ਨਹੀਂ ਯਾਤਰੀ 9 ਚੱਕ ਨੰਬਰ 538 537 ਮਲਿਆਲੀ ਦਾ। ਉਹ ਜਿਹੜੀ ਉਹ ਯਾਤਰੀ ਕੌਣ ਹੈ? ਉਹ ਯਾਤਰੀ ਕੌਣ? ਸਹੀ। ਚਲੋ ਜੀ ਜਾਦਾ ਹੀ ਰਹਿ ਗਈ।